ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਮੰਡੀ ਮੁੱਲਾਪੁਰ ਦੇ ਵਿੱਚ ਰੈਲੀ ਕੀਤੀ ਗਈ ਤਾਂ ਇਸ ਰੈਲੀ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਸੰਬੋਧਨ ਕਰਦਿਆਂ ਕਈ ਵੱਡੇ ਦਾਅਵੇ ਕੀਤੇ ਗਏ ਨੇ ਕਿ ਸਰਕਾਰ ਬਣਨ ਤੋਂ ਬਾਅਦ ਭਾਵੇਂ MSP ਦੀ ਗੱਲ ਹੋਵੇ, ਕਿਸਾਨੀ ਕਰਜ਼ਾ ਮੁਆਫੀ ਦੀ ਗੱਲ ਹੋਵੇ, ਇਹਨਾਂ ਸਭ ਦੇ ਵਿੱਚ ਜੇਕਰ ਰੈਲੀ ਦੇ ਤੁਸੀਂ ਦ੍ਰਿਸ਼ ਦੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਹੈ ਕਿ ਲੋਕਾਂ ਦਾ ਕਿੰਨਾ ਕੁ ਇਕੱਠ ਸੀ ਇਸ ਮੌਕੇ। ਜਿਹੜੇ ਲੋਕ ਸਮਰਥਕਾਂ ਦੇ ਨਾਲ ਪਹੁੰਚੇ, ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਗੁੱਸਾ ਵੀ ਸਰਕਾਰ ਖਿਲਾਫ ਸੱਤਵੇਂ ਅਸਮਾਨ ਤੇ ਪਹੁੰਚਿਆ ਹੋਇਆ ਸੀ। ਅਸੀਂ ਸਾਨੂੰ ਉਹੀ ਹੋਣੀ ਚਾਹੀਦੀ ਹੈ। ਉਹ ਤਾਂ ਕਹਿੰਦੇ 1000 ਰੁਪਏ ਦੇਣ ਵਾਲੇ ਆ। ਨਹੀਂ ਜੀ, ਕੁਛ ਨਹੀਂ ਦਿੱਤਾ, ਨਾ ਨੌਕਰੀਆਂ ਲੱਗੀਆਂ, ਨਾ ਕੁਛ ਦਿੱਤਾ, ਨਾ ਕੁਛ ਲਿੱਤਾ, ਕੁਛ ਨਹੀਂ। ਸਾਰੀਆਂ ਜਨਾਨੀਆਂ ਘਰ ਖਲਾਫ ਹੋਈਆਂ ਪਈਆਂ ਨੇ, ਸਾਰੀਆਂ ਧੱਕੇ ਖਾਣ ਜਾਣਾ, ਕੋਈ ਨੌਕਰੀਆਂ ਨਹੀਂ ਮਿਲਦੀਆਂ, ਕੋਈ ਪੈਨਸ਼ਨਾਂ ਨਹੀਂ ਵਧਾਈਆਂ, ਕੁਛ ਨਹੀਂ ਕੀਤਾ ਜੀ ਸਾਡਾ। ਇਹ ਬਿਜਲੀ ਦਾ ਬਿੱਲ ਜੀਰੋ ਕਰਤਾ, ਜੀਰੋ ਨਹੀਂ ਕੀ ਕੀਤਾ, ਕੁਛ ਨਹੀਂ ਕੀਤਾ ਜੀ, ਬਿੱਲ ਆਈ ਜਾਂਦੇ ਹੈਗੇ, ਕੋਈ ਜੀਰੋ ਨਹੀਂ ਹੋਏ ਹੈਗੇ। 600 ਦਿਨ ਮਾਫ ਕੀਤਾ, ਕੋਈ ਨਹੀਂ ਕੀਤਾ, ਉਹ ਜਾਏ ਜਾਣ ਦੇ ਜਾਂਦੇ ਹੈਗੇ। ਬਿਜਲੀ ਦਾ ਬਿੱਲ ਜੀਰੋ ਤਾਂ ਕਰਤਾ, ਨਾ ਸਰ ਨਹੀਂ ਦਿੱਤਾ, ਨਹੀਂ ਕੀਤਾ, ਨਹੀਂ ਦਿੱਤਾ। ਠੀਕ ਆ, ਠੀਕ ਆ, ਤੁਸੀਂ ਕੀ ਕਹਿਣਾ ਆ? ਕੁਛ ਨਹੀਂ ਹੋਇਆ, ਸਰਕਾਰ ਨੇ ਕੁਛ ਨਹੀਂ ਕੀਤਾ ਹੈਗਾ, ਜਦੋਂ ਇੱਕ ਵੀ ਕੰਮ ਕੀਤਾ ਵਾ। ਪਰ ਬਿੱਲ ਲੋਕਾਂ ਨੇ ਜੀਰੋ ਦਿਖਾਈ ਆ ਉਹਨਾਂ ਨੇ ਆਪਣੇ। ਤੁਸੀਂ ਸਾਡੇ ਕੋਲ ਚੱਲੋ, ਮੈਂ ਤੁਹਾਨੂੰ ਦਿਖਾਉਣਾ, 4000 26-2600 ਰੁਪਏ ਪਹਿਲਾਂ ਆਇਆ, ਝੂਠ ਨਾਲ ਝੂਠ ਤੇ ਸਰਕਾਰ ਆਈ ਆ। ਕਾਂਗਰਸ ਚਾਹੀਦੀ ਆ ਬਸ, ਜਿਹੜੀ ਪਹਿਲਾਂ ਅੱਛਾ, ਇੱਕ ਨਸ਼ੇ ਦਾ ਬਹੁਤ ਰੋਲ ਆ, ਉਹ ਨਸ਼ੇ ਦਾ ਰੋਜ਼ ਟੀਕੇ ਲਾ ਲਾ ਮਰਦੇ ਵੀਰੇ, ਨਸ਼ਾ ਤਾਂ ਵਧੀ ਜਾਂਦਾ ਵਾ, ਲੁੱਟਾਂ ਖੋਹਾਂ ਹੋਈ ਜਾਂਦੀਆਂ ਵਾ, ਨਸ਼ਾ ਵਧਿਆ ਪਿਆ। ਦੱਸੋ ਕਿਹੜੀ ਗੱਲ ਹੋਈ ਆ ਸੱਚ, ਕਿਹੜੀਆਂ ਨੌਕਰੀਆਂ ਮਿਲੀਆਂ ਦਿਖਾਓ। ਨਸ਼ੇ ਚਾਲੂ ਕਰ ਕਰਕੇ ਰਾਹੁਲ ਗਾਂਧੀ ਸਾਹਿਬ ਅੱਜ ਆ ਰਹੇ ਆ ਮੁੱਲਾਪੁਰ ਦਾਖਾ ਦੇ ਵਿੱਚ, ਕੀ ਉਮੀਦ ਆ? ਰੰਡੀਆਂ ਕਰਤੀਆਂ ਬਹੁਤ ਵਧੀਆ, ਸਾਰਾ ਚਿੱਟਾ ਵੇਖ ਸਰਕਾਰ ਬਣੂਗੀ ਸਾਡੀ। ਠੀਕ ਹੈ, ਤਾਂ ਜਿਹੜੀਆਂ ਗਰੰਟੀਆਂ ਕਹੀਆਂ ਉਹ ਪੂਰੀਆਂ ਹੋਣਗੀਆਂ ਰਾਹੁਲ ਗਾਂਧੀ? ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਸੋ ਜਿਹੜੀਆਂ ਗਰੰਟੀਆਂ ਕਹੀਆਂ ਗਈਆਂ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਪੂਰੀਆਂ ਹੋਣਗੀਆਂ, ਤੇ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਸੱਤਵੇਂ ਅਸਮਾਨ ਤੇ ਪਹੁੰਚਿਆ ਹੋਇਆ ਹੈ। ਪਰ ਤੁਸੀਂ ਵੀ ਪੂਰੀ ਆਮ ਆਵਾਮ ਹੋ, ਤੁਹਾਡਾ ਕੀ ਕਹਿਣਾ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ। ਸੋ ਹੁਣ ਨਾਲ ਦੀ ਨਾਲ ਗੁਰਦੀਪ ਰੈ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਦੋਂ ਸਰਕਾਰ ਬਣਦੀ ਹੈ ਭਾਵੇਂ MSP ਦੀ ਗੱਲ ਕੀਤੀ ਜਾਵੇ, ਭਾਵੇਂ ਕਰਜ਼ਾ ਮੁਆਫੀ ਦੀ ਗੱਲ ਕੀਤੀ ਜਾਵੇ, ਕਿਹੜੀ ਕਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਅਤੇ ਉਹ ਕਿਵੇਂ ਅਮਲੀ ਜਮਾ ਪਹਿਨਾਇਆ ਜਾਵੇਗਾ। ਸਰ, ਜਿਸ ਤਰ੍ਹਾਂ ਅੱਜ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਸਰਕਾਰ ਬਣਦੀ ਹੈ ਤਾਂ ਜਿਹੜਾ ਸਭ ਤੋਂ ਵੱਡਾ ਕਰਜ਼ਾ ਕਿਸਾਨੀ ਕਰਜ਼ਾ ਆ ਜਾਂ MSP ਹੈ, ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕੀਤੀ ਗਈ, ਇਸ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਦਾਅਵੇ ਕੀਤੇ ਗਏ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਰਾਹੁਲ ਗਾਂਧੀ ਜੀ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹਨਾਂ ਨੇ ਹਿੰਦੁਸਤਾਨ ਵਾਸਤੇ ਮੁਹੱਬਤ ਦੀ ਦੁਕਾਨ ਖੋਲ੍ਹੀ ਹੈ। ਜੋ 10 ਸਾਲਾਂ 'ਚ ਨਫ਼ਰਤ ਬੀਜੀ ਗਈ ਹੈ ਨਾ ਹਿੰਦੁਸਤਾਨ 'ਚੋਂ, ਆਪਾਂ ਸਾਰਿਆਂ ਨੂੰ ਪਤਾ, ਤੁਹਾਨੂੰ ਮੀਡੀਆ ਨੂੰ ਤਾਂ ਜ਼ਿਆਦਾ ਪਤਾ, ਸਭ ਤੋਂ ਜਿਹੜਾ ਵੱਡਾ ਕੰਮ ਰਾਹੁਲ ਜੀ ਨੇ ਕੀਤਾ ਉਹ ਨਫ਼ਰਤ ਨੂੰ ਖਤਮ ਕਰਨ ਦਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਹਰ ਕੌਮ, ਹਰ ਧਰਮ, ਹਰ ਮਜ਼ਹਬ ਪਿਆਰ ਨਾਲ ਰਹਿਣ। ਪੰਜਾਬ ਵਾਸਤੇ ਤਾਂ ਇੱਕ ਬਹੁਤ ਵੱਡੀ ਗੱਲ ਹੋ ਗਈ ਹੈ ਜਿਹੜੀ MSP ਦੀ, ਜਿਹੜੀ ਲੀਗਲ ਗਰੰਟੀ ਦੀ ਗੱਲ ਕੀਤੀ, ਉਹ ਬਹੁਤ ਵੱਡੀ ਗੱਲ ਹੈ, ਪੰਜਾਬ ਬਚ ਜੂਗਾ ਇਹਦੇ ਨਾਲ। ਯੂਥ ਨੂੰ ਗਰੰਟੀ ਦਿੱਤੀ ਹੈ 1,00,000 ਰੁਪਈਆ ਸਾਲ ਦਾ, ਬਹੁਤ ਵੱਡੀ ਗੱਲ ਹੈ। 8,500 ਰੁਪਇਆ ਮਹੀਨਾ ਹੋਊਗਾ, ਬੱਚਾ ਰੁਲੂਗਾ ਨਹੀਂ, ਅਗਲੀ ਤਿਆਰੀ ਕਰ ਲੂਗਾ। 400 ਰੁਪਇਆ ਮਨਰੇਗਾ ਦੀ ਸਾਡੀਆਂ ਭੈਣਾਂ ਬੀਬੀਆਂ ਦੀ, ਭਰਾਵਾਂ ਦੀ ਦਿਹਾੜੀ ਕਰ ਦਿੱਤੀ ਹੈ। 25,00,000 ਰੁਪਏ ਦੀ ਇੰਸ਼ੋਰੈਂਸ ਕਰ ਦਿੱਤੀ ਹੈ। ਇਹ ਜਿਹੜੀਆਂ ਰਾਹੁਲ ਗਾਂਧੀ ਜੀ ਨੇ ਨਿਆਂਇਕ ਗਰੰਟੀਆਂ ਦਿੱਤੀਆਂ ਨੇ, ਬਾਈ ਜੀ, ਇਸ ਤੋਂ ਉੱਪਰ ਮੈਨੂੰ ਲੱਗਦਾ ਕੋਈ ਮੈਨੂਫੈਸਟੋ ਹੋ ਨਹੀਂ ਸਕਦਾ। ਇਹ ਰਿਜ਼ਲਟ ਹੈ, ਇਹ ਰਿਜ਼ਲਟ ਹੈ ਜਿਹੜੀ ਕਰਜ਼ਾ ਮਾਫੀ ਦੀ ਵੀ ਗੱਲ ਕੀਤੀ। ਜਿਹੜੇ ਰਾਹੁਲ ਜੀ ਨੇ ਭ੍ਰਮਣ ਕੀਤਾ ਨਾ, ਸਾਰੇ ਹਿੰਦੁਸਤਾਨ ਦੇ ਵਿੱਚ ਪੈਦਲ ਯਾਤਰਾ ਕੀਤੀ, 4,000 ਕਿਲੋਮੀਟਰ ਚੱਲੇ ਆ, ਬਹੁਤ ਵੱਡੀ ਗੱਲ। ਹੁਣ ਉੱਥੋਂ ਇਹਨਾਂ ਨੇ ਮੈਨੀਫੈਸਟੋ ਬਣਾਇਆ ਸੀ। ਤੁਸੀਂ ਦੇਖੋ ਕਰਜ਼ਾ ਮਾਫੀ ਦੀ ਗੱਲ, 16,00,000 ਕਰੋੜ ਰੁਪਈਆ, 16,00,000 ਕਰੋੜ ਰੁਪਈਆ 26 ਬਿਜ਼ਨਸਮੈਨਾਂ ਦਾ ਮੋਦੀ ਨੇ ਮਾਫ਼ ਕਰ ਦਿੱਤਾ। ਕਰਜ਼ਾ ਮਾਫੀ ਵੀ ਹੋਏਗੀ ਅਤੇ ਲੋਕਾਂ ਵਾਸਤੇ ਹੋਰ ਜਿਹੜੀਆਂ ਗਰੰਟੀਆਂ ਨੇ ਜਿਹੜੀਆਂ ਦਿੱਤੀਆਂ ਨੇ ਉਹਨਾਂ ਵਾਸਤੇ ਵੀ ਪ੍ਰੋਪਰ ਢੰਗ ਨਾਲ 4 ਜੂਨ ਤੋਂ ਬਾਅਦ ਜਦੋਂ ਸਰਕਾਰ ਬਣ ਗਈ, ਰਾਹੁਲ ਜੀ ਨੇ ਕਿਹਾ ਕਿ ਉਹਨੂੰ ਅਸੀਂ 100% ਕਰਕੇ ਦੇਵਾਂਗੇ। ਯਾਰ, ਉਹ ਸਾਡਾ ਛੋਟਾ ਵੀਰ ਚਲਿਆ ਗਿਆ,
ਤੇ ਜਿੱਦਾਂ ਚਲਿਆ ਗਿਆ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ, ਉਹਦੀ ਸਿਕਿਉਰਿਟੀ ਵਿਦਡਰਾਅ ਹੋਈ, ਉਹਦੇ ਕਰਕੇ ਉਹ ਚਲਾ ਗਿਆ। ਥੈਂਕ ਯੂ।